ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਅੰਮ੍ਰਿਤਸਰ ਕੇ ਮਜੀਠਾ ਰੋਡ ਪਰ ਇੱਕ ਗਲੀ ਮੇਂ ਸੀਸੀਟੀਵੀ ਕੈਮਰੇ ਲਗਾਨੇ ਕੋ ਲੇਕਰ ਗੋਲੀਆਂ ਚੱਲ ਗਈ। ਗੋਲੀ ਚਲਾਨੇ ਵਾਲੇ ਯੁਵਕ ਦਾ ਨਾਮ ਜਗਬੀਰ ਸਿੰਘ ਹੈ ਔਰ ਜਗਬੀਰ ਸਿੰਘ ਗਲੀ ਮੇਂ ਲੱਗ ਰਹੇ ਸੀਸੀਟੀਵੀ ਕੈਮਰੇ ਕੇ ਖਿਲਾਫ਼ ਥਾ, ਜਿਸਕੇ ਬਾਅਦ ਉਸਕੀ ਗਲੀ ਮੇਂ ਰਹਿਣੇ ਵਾਲੇ ਸੁਰਿੰਦਰ ਸਿੰਘ ਕੇ ਸਾਥ ਝਗੜਾ ਹੋ ਗਿਆ ਔਰ ਆਪਣੇ ਕੁਛ ਅਗਿਆਤ ਦੋਸਤੋ ਕੇ ਸਾਥ ਮਿਲਕਰ ਜਗਬੀਰ ਨੇ ਸੁਰਿੰਦਰ ਸਿੰਘ ਪਰ ਗੋਲੀਆਂ ਚਲਾਨੀ ਸ਼ੁਰੂ ਕਰ ਦੀ, ਜੋ ਸੀਸੀਟੀਵੀ ਕੈਮਰੇ ਮੇਂ ਕੈਦ ਹੋ ਗਈ ਔਰ ਗਨੀਮਤ ਯੇ ਰਹੀ ਕਿ ਗੋਲੀ ਕਿਸੀ ਕੋ ਲਗੀ ਨਹੀਂ। ਸੁਰਿੰਦਰ ਸਿੰਘ ਕੇ ਮੁਤਾਬਿਕ ਆਰੋਪੀ ਜਗਬੀਰ ਸਿੰਘ ਕੇ ਪਿਤਾ ਪੁਲਿਸ ਮੇਂ ਮੁਲਾਜ਼ਮ ਹੈ। ਦੂਸਰੀ ਤਰਫ ਪੁਲਿਸ ਨੇ ਜਗਬੀਰ ਕੇ ਸਾਥ ਅਗਿਆਤ ਯੁਵਕੋ ਕੇ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦੀ ਹੈ। ਪੁਲਿਸ ਕੇ ਮੁਤਾਬਿਕ ਸੀਸੀਟੀਵੀ ਕੈਮਰੇ ਲਗਨੇ ਕੋ ਲੇਕਰ ਗੋਲੀ ਚਲਾਈ ਗਈ ਹੈ। ਮੇਰਾ ਨਾਂ ਸੁਰਿੰਦਰ ਸਿੰਘ, ਮੈਂ ਤੁੰਗ ਬਾਲਾ ਮਜੀਠਾ ਰੋਡ ਸਰਦਾਰ ਰਹਿਣ ਵਾਲਾ। ਅਸੀਂ ਜੀ ਕੈਮਰੇ ਲਵਾ ਰਹੇ ਮੁਹੱਲੇ ਵਾਲੇ ਸਾਰੇ ਰਲ ਕੇ, ਠੀਕ ਹੈ। ਇਹ ਬੰਦਾ ਵਿੱਚ ਜਿਹੜਾ ਕਿ ਇਹ ਕਹਿੰਦਾ ਕਿ ਮੈਂ ਕੈਮਰੇ ਨਹੀਂ ਲੱਗਣ ਦੇਣੇ ਆਪਣੇ ਬਜ਼ਾਰ 'ਚ। ਇਹ ਜਗਬੀਰ ਜਗਬੀਰ ਸਿੰਘ, ਪਿਓ ਦਾ ਨਾਂ ਰਘਵੀਰ ਸਿੰਘ, ਪਿਓ ਪੁਲਿਸ 'ਚ ਸਿਪਾਹੀ। ਰਾਤ ਇਹ ਆਉਂਦਾ ਹੈ ਕਿ ਮੈਂ ਅਸੀਂ ਉੱਥੇ ਕੈਮਰੇ ਦੀ ਤਾਰਾਂ ਦੀਆਂ ਸੀ ਪੈਣ, ਅਸੀਂ ਸਾਰੇ ਮੁਹੱਲੇ ਵਾਲਿਆਂ ਰਲ ਕੇ ਕਲੈਕਸ਼ਨ ਹੋਈ ਸਾਡੀ, ਠੀਕ ਹੈ। ਅਸੀਂ ਤਾਰਾਂ ਦੇ ਪਾਉਣ ਅਤੇ ਇਹ ਉੱਧਰੋਂ ਆਇਆ ਵਾ ਕੱਲ੍ਹ ਸ਼ਾਮ ਜੀ ਨੂੰ ਅਤੇ ਕਹਿੰਦਾ ਵਾ ਕਿ ਮੈਂ ਮੇਰੇ ਮੁਹੱਲੇ, ਤੁਹਾਨੂੰ ਮੈਂ ਉੱਦਣ ਵੀ ਕਿਹਾ ਸੀ ਕਿ ਮੇਰੇ ਮੁਹੱਲੇ 'ਚ ਕੈਮਰੇ ਨਹੀਂ ਲੱਗਣੇ ਚਾਹੀਦੇ। ਬਸ ਉਸੇ ਗੱਲ ਤੋਂ ਸਾਡੇ ਨਾਲ ਇਹਦੀ ਥੋੜ੍ਹੀ ਜਿਹੀ ਮਤਲਬ ਕਿ ਨਿੱਕੀ ਜਿਹੀ ਗੱਲ ਬਹਿਸੋ ਬਸਾਈ ਹੋਈ, ਜੋ ਵੀ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਅਸੀਂ ਫਿਰ ਉੱਧਰੋਂ ਆ ਗਏ ਇੱਧਰ ਨੂੰ, ਇਹ ਬਾਅਦ ਵਿੱਚ ਮੁੰਡੇ ਇਕੱਠੇ ਕਰਕੇ ਅਤੇ ਇਹਨੇ ਸਾਡੇ 'ਤੇ ਆਉਂਦਿਆਂ ਹੀ ਮਤਲਬ ਕਿ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਬਸ ਇਸੇ ਗੱਲ ਤੋਂ ਹੀ ਜੋ ਵੀ ਅੱਗੋਂ ਬੜਾ ਮਤਲਬ ਕਿ ਇੱਟ ਵੱਟਾ ਵੀ ਚੱਲਿਆ ਇਹਦੇ ਨਾਲ, ਮੁੰਡੇ 15-16 ਮੁੰਡੇ ਹੀ ਹੈ ਸਾਰੇ। ਗੋਲੀਆਂ ਆਹ ਦੇਖੋ ਕੰਧ ਤੋਂ ਵੱਜੀਆਂ, ਨਾ ਨਾ ਸਿੱਧੀਆਂ ਮਾਰੀਆਂ, ਸਿੱਧੀਆਂ ਮਾਰੀਆਂ ਕੋਠੇ ਦੇ ਖਲੋਤੇ ਨਾ, ਸਿੱਧੀਆਂ ਸਾਡੇ 'ਤੇ ਚੱਲੀਆਂ ਗੋਲੀਆਂ। ਗੱਡੀ ਸਾਡੀ ਆਹ ਦੇਖੋ, ਗੱਡੀ ਦਾ ਨੁਕਸਾਨ ਹੋ ਗਿਆ, ਗੱਡੀ ਟੁੱਟ ਗਈ। ਮੰਗ ਸਾਡੀ ਇਹ ਹੋਈ ਕਿ ਇਹਨਾਂ ਮਤਲਬ ਇਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਸਾਨੂੰ ਮਤਲਬ ਕਿ ਇਹਨਾਂ 'ਤੇ ਪਰਚਾ ਕੱਟਿਆ ਜਾਵੇ। ਅਮਨ ਮਾਹਲ, ਦਿਵਿਆ ਪੰਜਾਬ ਟੀਵੀ, ਅੰਮ੍ਰਿਤਸਰ।